जलालाबाद के पिंड बस्ती मोहर सिंह वाला दे दो व्यक्तियों ने पिंड की महिला सरपंच ते लाए नरेगा के काम विच हेर फेर करन दे आरोप। जलालाबाद के पिंड बस्ती मोहर सिंह वाला दे दो व्यक्तियों ने पिंड की महिला सरपंच ते पिंड विच चल रही नरेगा के काम विच हेर फेर करन दे आरोप लगाए हन। उन्होंने कहा कि सरपंच वालों पिंड विच चल रहे नरेगा के काम से 100 तो वध बंदियां दी हाजिरी लगाई जाती है, जिस दे असल दे विच बंदियां दी गिणती घट हुंदी है। पत्रकारां नाल गल्लबात करदिआं आरोप लाउण वाले व्यक्ति ने कहा कि पिंड दे सरपंच वालों पिंड दे लोकां नाल सांझदार करके उन्हां दीआं बिना काम तो हाजिरियां लगाईआं जांदीआं हन और उन्हां नाल पैसे की वंड की जाती है। इधर जदों इस संबंध में महिला सरपंच नाल गल्लबात की गई तो उन्होंने इन दोषों को सिरे तो नकारिया है। महिला सरपंच ने कहा कि उन्होंने आरोप लाने वाले व्यक्ति की पत्नी बीते दिन ही काम से लेट आई सी, जिस दे चलते उसकी हाजिरी गैर हाजिर लगाई गई सी, तां करके उन्होंने गुस्से दे विच आ के ये आरोप लगाए हैं। बने रहो साडे नाल, देखते रहो साडा चैनल। बस्ती मोहर सिंह जी, की समस्या तुहाडे पिंड दी? समस्या जी, जो काम नरेगा का करा रहा सरपंच गलत करा रहा है। सवेरे मान लो 200-150 बंदे हाजरी होंगी है मौके से, मुड़ के 10-15 मिनट रेंदे, सारे बंदे काम कर आपदे ला लैंदा है, कदे वट्टा छंगाण लग पैंदा, कदे रूड़ियां भरान लग पैंदा, सरपंच प्रकाश कौर जी घर वाले काम। हां जी, करदा करदा ओही कर रहा सरपंच जी, प्रकाश कौर नहीं कर रही जी। हां जी, की मांग की करदे हो तुसीं? मांग असीं कहिंदे बिलकुल काम सही होना चाहिए, गलत नहीं होना चाहिए। जो आ रही बिल्कुल सही लगे, गलत बंदे आ रही, मान लो जो बंदे नहीं भी काम देने हाजरियां पाई जाती है, पिछली बार डबल हाजरियां लगे, जो बंदे कोई सरकारी जो भी कर देना उस बंदे ने हाजरियां पाई, मैं आटियां सारी कढ़ाई बैठा जी, मेरे को सारे मौजूदा प्रूफ सारे मेरे को। सारे प्रूफ? हाँ जी। ਮੇਰਾ ਨਾਮ ਸਤਪਾਲ ਚੰਦ। ਡੈਡੀ ਦਾ ਕੀ ਨਾਮ ਹੈ? ਸ਼ਾਮ ਲਾਲ। ਕੀ ਰੋਲਾ ਹੈ? ਰੋਲਾ ਨਰੇਗਾ ਦਾ ਜੀ, ਵੇਖ ਲੋ ਤੁਹਾਡੇ 150 ਬੰਦੇ ਦੀ ਹਾਜ਼ਰੀ ਦੇ ਬੰਦੇ 67,000 ਨੇ। ਗਿਣੇ ਤੁਸੀਂ ਬੰਦੇ? ਗਿਣੇ ਨੇ ਮੈਂ, ਵੇਖ ਲੋ ਤੁਸੀਂ ਹੁਣ ਗੱਲ ਵੇਚਣਾ ਬੋਲੋ ਜੀ, ਇੱਕ ਵਾਰੀ ਆਈ ਜਾਂਦੇ ਨੇ ਬੰਦੇ, ਇੱਧਰ ਵੇਖੋ ਆਈ ਜਾਂਦੇ ਨੇ। ਇਹ ਬੰਦੇ ਕਿੱਥੇ ਚਲੇ ਗਏ ਸੀ? ਬੰਦੇ ਸਾਹਿਬ ਹਾਜ਼ਰੀ ਲਾ ਕੇ ਫੋਟੋ ਦੇ ਸਾਹਮਣੇ ਚਲੇ ਜਾਂਦੇ ਨੇ। ਹਾਜ਼ਰੀ ਲਾ ਕੇ ਨਿਕਲ ਜਾਂਦੇ ਨੇ? ਨਿਕਲ ਜਾਂਦੇ ਨੇ, ਜਿਹੜੇ ਹਾਜ਼ਰ ਨੇ ਹਾਜ਼ਰ ਨੇ, ਵੇਖ ਲੋ ਕਿਹੜੇ ਨੇ। ਹੋਰ ਕੋਈ? ਬਸ ਇਹੀ ਹੈ, ਬਾਕੀ ਕੰਮ ਚੈੱਕ ਕੀਤਾ ਜਾਵੇ ਵੀ ਕਿਹੜਾ ਹੁੰਦਾ ਪਹਿਲਾਂ। 130-140 ਬਿਲਕੁਲ ਨਜਾਇਜ਼ ਲੱਗਦੇ ਆ। ਕੀ ਮੰਗ ਕੀ ਕਰਦੇ ਹੋ? ਮੰਗ ਅਸੀਂ ਇਨਸਾਫ ਦੀ ਮੰਗ ਕਰਨੇ ਆ, ਬਿਲਕੁਲ ਸਹੀ ਕੰਮ ਹੋਵੇ। ਹੋਰ ਕੋਈ ਐਲੀਗੇਸ਼ਨ ਸਰਪੰਚ ਦੇ? ਹੋਰ ਐਲੀਗੇਸ਼ਨ ਕੋਈ ਨਹੀਂ, ਬਸ ਆਹੀ ਇਹਦੀ ਚੈਕਿੰਗ ਹੋਵੇ ਸਾਰੀ, ਕੰਮ ਕਿੱਦਾਂ ਹੋਇਆ, ਸਾਰੀ ਰਿਕਵਾਇਰੀ ਹੋਵੇ, ਸਾਡੇ ਕੰਮ ਰਿਕਵਾਇਰੀ ਹੋਵੇ ਇਹਦੀ, ਕਿੰਨਾ ਪੈਸਾ ਇਹਦੇ ਤੇ ਪੇਂਟਰ ਨੂੰ ਆਇਆ, ਕਿੰਨੇ ਬੰਦੇ ਨੇ ਕੰਮ ਕੀਤਾ, ਕੀ ਕੰਮ ਹੋਇਆ, ਸਾਰੀ ਸਾਰੀ ਚੈਕਿੰਗ ਹੋਣੀ ਚਾਹੀਦੀ। ਸਤਨਾਮ ਕ੍ਰਿਸ਼ਨ ਜੀ। ਡੈਡੀ ਦਾ ਕੀ ਨਾਮ ਸਰ? ਵਸਾਵਾ ਰਾਮ। ਇਹ ਕੀ ਜਿਹੜੇ ਐਲੀਗੇਸ਼ਨ ਲਾ ਰਹੇ ਨੇ, ਕਹਿੰਦੇ 120 ਬੰਦੇ ਮਤਲਬ ਹਾਜ਼ਰੀ ਲੱਗੀ ਤੇ ਬੰਦਾ ਇੱਥੇ 67 ਗਿਣਿਆ ਇਹਨਾਂ ਨੇ? ਹਾਂਜੀ, ਕੱਲ ਹਾਜ਼ਰੀ ਲੱਗ ਰਹੀ ਸੀ ਜੀ। ਨਹੀਂ, ਅੱਜ ਦੀ 120 ਬੰਦੇ ਦੀ ਹਾਜ਼ਰੀ? ਅਸੀਂ ਕਿੰਨੇ ਬੰਦੇ ਹੈਗੇ ਨੇ? ਸਾਰੇ ਹਾਜ਼ਰ ਨੇ। ਵਿੱਚ ਨਾ ਬੋਲੋ ਜੀ, ਕਿਉਂ ਮੈਂ ਬੋਲਦੇ? ਸਾਰੇ ਹਾਜ਼ਰ ਨੇ ਜੀ। ਤੇ ਇਹਨਾਂ ਦਾ ਜਿਹੜਾ ਪੁਆਇੰਟ ਹੈ, ਕੱਲ ਇਹਨਾਂ ਦੀ ਘਰ ਦੀ ਲੇਟ ਆਈ ਏ। ਅੱਛਾ। ਉਹ ਉਹਦਾ ਗਰੁੱਪ ਲੰਘ ਚੁੱਕਿਆ ਹੈ ਹਾਜ਼ਰੀ ਤੋਂ, ਜਦੋਂ ਗਰੁੱਪ ਵਿੱਚ ਬੰਦਾ ਹਾਜ਼ਰ ਨਹੀਂ ਤੇ ਉਹ ਐਬਸੈਂਟ ਲੱਗਣੀ ਏ, ਆਹ ਗੱਲ ਹੋਈ ਏ। ਇੱਥੋਂ ਇਹਨਾਂ ਨੇ ਕਾਰਵਾਈ ਕਰ ਦਿੱਤੀ, ਹੋਰ ਕੋਈ ਕੰਮ ਦੀ ਗਲਤੀ ਨਹੀਂ, ਸਾਰਾ ਕੰਮ ਸਹੀ ਹੋ ਰਿਹਾ। ਨਹੀਂ, 80 ਬੰਦੇ ਤਾਂ ਨਹੀਂ ਹੈਗਾ ਤੁਸੀਂ ਸਾਰੇ? ਕੋਈ ਇੱਕ ਦੋ ਪਾਣੀ ਪੂਣੀ ਪੀਉਣ ਗਏ ਨੇ ਜਾ ਕੇ, ਤੇ ਕੰਮ ਪੈ ਜਾਂਦਾ ਕਿਸੇ ਨੂੰ, ਉਹ ਚਲਾ ਜਾਂਦਾ। ਹਾਂਜੀ, ਕੋਈ ਉਧਰ ਪਾਣੀ ਪਾ ਰਿਹਾ। ਅਮਰ ਸਿੰਘ ਜੀ। ਡੈਡੀ ਦਾ ਕੀ ਨਾਮ ਤੁਹਾਡੇ? ਅਮਰ ਸਿੰਘ। ਇਹ ਜਿਹੜਾ ਰੋਲਾ ਕੀ ਹੈ, ਸਹੀ ਹੈ ਗਲਤ ਕੀ ਹੈ? ਰੋਲਾ ਜੀ, ਇਹ ਗੱਲ ਇੱਕ ਤਾਂ ਇਹ ਵੀ ਬਰਾਨ ਹੈ, ਅਸੀਂ ਇਹ ਬਰਾਜ ਬਣਾਵੀ ਦਾ ਹੈ, ਭਾਵੇਂ ਅੱਗੇ ਕੁਝ ਵੀ ਹੈਗਾ ਸੀ, ਠੀਕ ਹੈ ਜੀ, ਇਹ ਟਾਈਮ ਬਰਾਨ ਹੈ। ਇਹ ਨਾਲਾਂ ਦਾ ਇੱਕ ਆਪਣਾ ਕਿਹਾਈ ਲਾਉਣ ਦੇ ਪਿੱਛੇ ਰੋਲਾ ਪਿਆ ਹੈ। ਅੱਛਾ, ਚਲ ਇੱਕ ਦਿਨ ਲੱਗੀ, ਦੋ ਦਿਨ ਲੱਗ ਜਾਵੇ ਜੀ, ਇੱਕ ਦਿਨ ਤਾਂ ਸਬਰ ਕਰਦੇ ਹੈ, ਇਹਨੀ ਸੰਗਤ ਨੂੰ ਖਰਾਬ ਕਰਨਾ ਮਾੜਾ ਹੈ। ਇੱਕ ਪਿੰਡ 'ਚ ਬੰਦਾ ਗਿਣਾ ਜਾਂਦਾ ਹੈ, ਆਹ ਵੀ ਫਲਾਣੇ ਬੰਦੇ ਸ਼ਿਕਾਇਤ ਲਾਈ, ਇਹ ਗੱਲ ਸਹੀ ਹੈ? ਕਬੂਲ ਹੈ, ਬਿਲਕੁਲ ਸਹੀ ਗੱਲ ਹੈ। ਬਾਕੀ ਹੋਰ ਵੀ ਐਲੀਗੇਸ਼ਨ ਲਾ ਰਹੇ ਨੇ, ਕਹਿੰਦੇ ਇਹਨਾਂ ਆਪਣੇ ਜਿਹੜਾ ਸ਼ਮਸ਼ਾਨ ਘਾਟ ਬਣਾਇਆ, ਹਾਂਜੀ, ਉੱਥੇ 1-1.25 ਲੱਖ 1.5 ਲੱਖ ਦੇ ਕਰੀਬ ਲੱਗੇ ਪੈਸੇ, ਤੇ ਇਹਨਾਂ ਨਹੀਂ 3 ਲੱਖ ਦਾ, 3 ਲੱਖ ਉੱਤੇ ਮਤਲਬ ਬਿੱਲ 3 ਲੱਖ ਦਾ ਬਣਾਇਆ। ਅੱਛਾ, ਮੇਰੀ ਗੱਲ ਸੁਣ ਜੀ, ਕਿਉਂਕਿ ਟਾਈਮ ਲੱਗਾ ਕਿ ਹੁਣ ਇਹਦੇ ਟਾਈਮ ਸੱਤੇ ਟਾਈਮ ਨਹੀਂ ਲੱਗਿਆ, ਲੱਗਿਆ ਤੇਰੇ ਸਾਹਮਣੇ ਸਾਰਾ ਦਸਤੇ ਵਿੱਚ ਲੱਗਿਆ ਹੈ, ਕਹਿੰਦੇ ਆਰਡੀਏ ਵੀ ਹਾਈ ਹੈ, ਨਾ ਆਰਡੀਏ ਵੀ ਹਾਈ ਲੱਗੀ ਮੇਰੇ ਬਸਤੇ 'ਚ ਦਾ। ਮੌਜੂਦਾ ਸਰਪੰਚ ਕਿਹੜੇ ਪਿੰਡ ਦੇ?
इल्जाम लगे ने बंदे तुसी ज्यादा लिखदे काम घट करदे ने नहीं ज्यादा नहीं जी लिखदे 90 बंदे काम करदे ने बाकी इत्थे अपने पंचायत कार्ज कर रहे सी ते कुछ संथार घट के सी संसार कार्ज कर मतलब सारे बंदे सही काम कर रहे हां सही काम कर रहे ने बस एवें ही झूठे इल्जाम लाए रात जा रहे ने कारण इल्जाम लांदे तोड़े से हां जी की कारण की इल्जाम क्यों लाए कारण इन्हां दी बॉडी बिकल लेट आई सी उदों नु एडी खत्म हो गई सी ते उन्हां दी हाजरी नहीं लगी ते उन्हां नु एडी नहीं चली ते रंजस नाल तुहाडे वल्लों काम सही कीते जा रहे।